ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਸੇਵਕ ਕੁਲਵੰਤ ਸਿੰਘ ਸਿੱਧੂ ਰੈਲਵਾੜਾ ਤੋਂ ਲਾਈਵ ਹੋ ਰਿਹਾ ਹਾਂ, ਜਿੱਥੇ ਡਾਕਟਰ ਰਾਜ ਕੁਮਾਰ ਚੱਬੇਵਾਲ ਲਗਭਗ 96,000 ਵੋਟ ਲੈ ਗਿਆ ਜੀ। ਇਸ ਵੇਲੇ ਜਾਮਨੀ ਗੁੰਮਨ ਦੇ ਨਾਲ ਇਹਦੀ ਕੰਟ ਦੀ ਟੱਕਰ ਚੱਲ ਰਹੀ ਆ, ਪਰ ਡਾਕਟਰ ਰਾਜ ਕੁਮਾਰ ਚੱਬੇਵਾਲ ਸਵੇਰ ਤੋਂ ਆਪਣੀ ਲੀਡ ਬਣਾਈ ਬੈਠੇ ਆ, ਹੁਣ 10,000 ਦੀ ਲੀਡ ਹੋ ਗਈ ਆ। ਆਓ ਵਰਕਰਾਂ ਦੇ ਨਾਲ ਗੱਲਬਾਤ ਕਰੀਏ। ਅਤੇ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ, ਜਿਹੜਾ ਸੋਮ ਪ੍ਰਕਾਸ਼ ਆ ਕੇਂਦਰੀ ਮੰਤਰੀ, ਉਹਦੀ ਮਿਸਜ ਤੀਜੇ ਨੰਬਰ 'ਤੇ ਚੱਲ ਰਹੀ ਆ। ਸੁਨੀਤਾ ਸੋਮ ਪ੍ਰਕਾਸ਼ ਸੋਹਣ ਸਿੰਘ ਠੰਡਲ ਅਕਾਲੀ ਦਲ ਦਾ ਚੌਥੇ ਨੰਬਰ 'ਤੇ ਚੱਲ ਰਿਹਾ, ਐਡਵੋਕੇਟ ਰਣਜੀਤ ਕੁਮਾਰ BSP ਦਾ 5ਵੇਂ ਨੰਬਰ 'ਤੇ ਚੱਲ ਰਿਹਾ ਵਾ। ਤਾਂ ਹੁਣ ਨਵੀਂ ਅਪਡੇਟ ਸਾਡੇ ਕੋਲ ਹੋਰ ਆ ਗਈ ਆ, 11,000 ਵੋਟ 'ਤੇ ਡਾਕਟਰ ਰਾਜ ਕੁਮਾਰ ਚੱਬੇਵਾਲ ਨੇ ਲੀਡ ਬਣਾਈ ਆ। ਆਓ ਉਹਨਾਂ ਦੇ ਵਰਕਰਾਂ ਨਾਲ ਗੱਲਬਾਤ ਕਰਾਈਏ। ਸਤਿ ਸ਼੍ਰੀ ਅਕਾਲ ਜੀ ਦੋਸਤੋ ਸਾਰਿਆਂ ਨੂੰ, ਮੈਂ ਮਹਿੰਦਰ ਸਿੰਘ ਭੰਬੂ ਗਵਾੜੀਆਂ ਜੀ। ਸਾਨੂੰ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਪੌਂਡਿੰਗ ਹੋ ਰਹੀ ਹੈ ਰਿਆਤਵਾੜਾ ਕਾਲਜ ਦੇ ਵਿੱਚ, ਅਤੇ ਸਾਡੇ ਡਾਕਟਰ ਸਾਹਿਬ ਜੀ ਵੱਧ ਤੋਂ ਵੱਧ ਲੀਡ ਲੈ ਕੇ ਜਾ ਰਹੇ ਨੇ। 11,000 ਲੀਡ ਸਾਡੀ ਹੋ ਗਈ ਆ, ਕਿਉਂਕਿ ਇਹ ਜਿਹੜੀ ਲੀਡ ਨੇ ਇਹਨਾਂ ਨੂੰ ਮਿਲੀ ਹੈ ਨਹੀਂ, ਇਹਨਾਂ ਨੇ ਕੋਈ ਮਿਹਨਤ ਬੜੀ ਕੀਤੀ ਸੀ ਔਰ ਵਧੀਆ ਸਾਡੇ ਕੈਂਡੀਡੇਟ ਨੇ, ਔਰ ਜਿੰਨਾ ਵੀ ਮੇਰੇ ਦੋਸਤਾਂ ਨੇ ਕੋਟ ਤੋਂ ਸਾਰੇ ਪਿੰਡਾਂ ਤੋਂ ਆਏ ਨੇ, ਕਿਉਂਕਿ ਡਾਕਟਰ ਸਾਹਿਬ ਨਾਲ ਇਹਨਾਂ ਨੂੰ ਜਿਹੜੀ ਲੀਡ ਮਿਲੀ ਆ, ਇਹਨਾਂ ਦੇ ਕੰਮ ਦੇ ਵਿੱਚ ਮਿਲੀ ਆ, ਆਧਾਰ ਬੜਾ ਵਧੀਆ ਇਹਨਾਂ ਦਾ, ਕੈਂਡੀਡੇਟ ਬੜੇ ਵਧੀਆ। ਇਹ ਮੰਨਦੇ ਕਿ ਕਾਂਡੀ ਦੀ ਟੱਕਰ ਅੰਦਰ ਚੱਲ ਰਹੀ ਹੈ, ਬਿਲਕੁਲ ਜੀ ਅੰਦਰ ਚੱਲ ਰਹੀ ਹੈ, ਜਮਨੀ ਗੋਮਰ ਦੇ ਨਾਲ ਟੱਕਰ ਇਹਨਾਂ ਦੀ ਆ ਜੀ। ਠੀਕ ਹੈ ਜੀ, ਓਕੇ, ਥੈਂਕ ਯੂ ਜੀ। ਹਾਂਜੀ, ਮੈਂ ਪਿੰਡ ਕਹਾਰਪੁਰ ਤੋਂ, ਨਾਮ ਜੀਵਨ ਲਾਲ ਸਹੋਤਾ। ਮੈਂ ਸਾਰੇ ਹਲਕੇ ਦਾ ਬੜਾ ਸ਼ੁਕਰ ਗੁਜ਼ਾਰ ਹਾਂ ਕਿ ਸਾਡੇ ਡਾਕਟਰ ਸਾਹਿਬ ਨੂੰ ਵੱਧ ਤੋਂ ਵੱਧ ਲੀਡ ਕਰਕੇ ਉਹਨਾਂ ਨੂੰ ਜਿਤਾਉਣ। ਜਿੱਤ ਤਾਂ ਪ੍ਰਾਪਤ ਹੀ ਆ ਡਾਕਟਰ ਸਾਹਿਬ ਦੀ। ਮੈਂ ਸਾਰੇ ਹਲਕੇ ਚੱਬੇਵਾਲ ਦੇ ਅਤੇ ਹੁਸ਼ਿਆਰਪੁਰ ਹਲਕੇ ਬੜੀ ਧੰਨਵਾਦ ਕਰਦਾ ਕਿ ਉਹਨਾਂ ਦਾ ਬਹੁਤ ਸ਼ੁਕਰੀਆ ਅਦਾ ਕਰਦਾ। ਮੈਂ ਸਾਰੇ ਨਗਰ ਦੀਆਂ ਸੰਗਤਾਂ, ਜੋ ਹਲਕੇ ਦੀਆਂ ਸੰਗਤਾਂ, ਹੁਸ਼ਿਆਰਪੁਰ ਦੀਆਂ ਹਲਕੇ ਦੀਆਂ ਸੰਗਤਾਂ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਥੈਂਕ ਯੂ ਜੀ। ਇਹ ਰੈਤਵਾੜੇ ਦੇ ਲਾਈਵ ਤਸਵੀਰਾਂ ਦੇਖ ਰਹੇ ਹਾਂ, ਜਿੱਥੇ ਡਾਕਟਰ ਰਾਜ ਕੁਮਾਰ ਚੱਬੇਵਾਲ ਨੇ ਸਵੇਰ ਦੀ ਲੀਡ ਬਣਾਈ ਆ। ਅਜੇ ਤੱਕ ਕੋਈ ਹੋਰ ਕੈਂਡੀਡੇਟ ਕੋਈ ਲੀਡ ਨਹੀਂ ਕਰ ਸਕਿਆ, ਪਰ ਕੰਟ ਦੀ ਟੱਕਰ ਅੰਦਰ ਚੱਲ ਰਹੀ ਆ। ਆਮ ਆਦਮੀ ਅਤੇ ਕਾਂਗਰਸ ਦੀ ਜਿਹੜੀ ਆ ਕੰਟ ਦੀ ਟੱਕਰ ਚੱਲ ਰਹੀ ਆ, ਪਰ ਡਾਕਟਰ ਰਾਜ ਕੁਮਾਰ ਚੱਬੇਵਾਲ 11,000 ਦੀ ਲੀਡ ਨਾਲ ਅੱਗੇ ਵੱਧ ਰਿਹਾ। ਉਹ ਸਮੇਂ ਸਮੇਂ ਸਾਨੂੰ ਅਸੀਂ ਜਾਣਕਾਰੀ ਦਿੰਦੇ ਰਹਾਂਗੇ ਜੀ। ਧੰਨਵਾਦ ਸਭ ਦਾ।